ਆਪਾਂ ਪਦ ਚਾਲੇ ਨੰਕਰ ਲੇਕ ਵੱਲ ਨੂੰ, ਅਤੇ ਇੱਥੇ ਜਿੰਨੇ ਵੀ ਪੱਥਰ ਆਉਂਦੇ ਨਾ, ਅੱਜ ਜਿੱਥੇ ਵੀ ਕਿਤੇ ਮੈਂ ਇੱਥੇ ਵੀ ਪੱਥਰਾਂ 'ਤੇ ਮੰਤਰ ਖੁਦੇ ਹੋਏ ਨੇ, ਸਾਰੇ ਪੱਥਰਾਂ 'ਤੇ, ਇੱਕੋ ਇੱਕ ਦੇ ਉੱਤੇ। ਬੱਦਲ ਆ ਜਿਹੜੇ ਪਹਾੜ 'ਤੇ ਫਸੇ ਖੜ੍ਹੇ, ਤਾਂ ਉਹ ਵਿਚਾਲੇ ਸੈਂਟਰ 'ਚ ਵੀ ਬੱਦਲ ਦੇ, ਅਤੇ ਮਾੜੀ ਮਾੜੀ ਬਰਫ਼ ਰਾਤ ਸਾਰੀ ਪਈ ਹੈ, ਅਤੇ ਹੁਣ ਗਲਬਜ ਹੈ ਨਹੀਂ ਗੇ, ਹੱਥ ਬਹੁਤ ਠਰੀ ਜਾਂਦੇ ਅੱਜ। ਆਪਣੇ ਸੱਜੇ ਹੱਥ ਆ ਕੱਚੇ ਪਹਾੜ ਚੱਲੀ ਜਾਂਦੇ ਨੇ, ਜਿਵੇਂ ਪਾਣੋ ਮਿੱਟੀ ਦੇ ਬਣੇ ਹੋਏ ਨੇ, ਅਤੇ ਆਹ ਜਗ੍ਹਾ 'ਚ ਪਹੁੰਚੇ ਹਾਂ ਆਪਾਂ। ਇੱਥੇ ਆ ਕੁਦਰਤ ਨੇ ਇੱਕ ਸ਼ੇਪ ਬਣਾਈ ਹੋਈ ਹੈ ਪਹਾੜਾਂ ਦੀ, ਇਹ ਹੈ ਨਜ਼ਾਰਾ। ਅਤੇ ਸਾਹਮਣੇ ਬੱਦਲ ਹਜੇ ਥੱਲੇ ਨੇ ਪਹਾੜਾਂ ਤੋਂ, ਅਤੇ ਬਰਫ਼ ਨਾਲ ਅੱਜ ਚਿੱਟੇ ਹੋ ਗਏ ਜਾਵਾਂ। ਸਿਚਲਿੰਗ ਕੋਲ ਪਹੁੰਚ ਗਏ ਆਪਾਂ, ਅਤੇ ਇੱਥੇ ਆ ਕੇ ਜਿਹੜਾ ਰਿਵਰ ਦਾ ਦਰਿਆ ਦਾ ਪਾਣੀ ਹੈਗਾ, ਉਹ ਜਮਾਂ ਸਾਫ਼ ਹੋ ਜਾਂਦਾ, ਬਿਲਕੁਲ ਤਲ ਦਿਖਦਾ ਥੱਲੇ। ਆਪਾਂ ਪਾਉਂਦੀਆਂ ਸਿਚਲਿੰਗ, ਇੱਦੋਂ ਅੱਗੇ ਜਾ ਕੇ ਸੜਕ ਮੁੜੂਗੀ ਸੱਜੇ ਹੱਥ ਡੰਕਰ ਲੇਕ। ਟੋਟਲੀ 8 ਕਿਲੋਮੀਟਰ ਚੜ੍ਹਾਈ ਹੈਗੀ ਸਾਰੀ ਦੀ ਸਾਰੀ। ਆਪਾਂ ਪਹੁੰਚ ਗਏ ਹੈਗੇ ਸਿਚਲਿੰਗ, ਇੱਥੇ ਆ ਸਪੀਤੀ ਖੁੱਲ੍ਹਾ ਹੋ ਜਾਂਦਾ ਹੈਗਾ, ਅਤੇ 1 ਕਿਲੋਮੀਟਰ ਅੱਗੇ ਜਾ ਕੇ ਸੜਕ ਮੁੜੂਗੀ ਸੱਜੇ ਹੱਥ, 8 ਕਿਲੋਮੀਟਰ ਦੀ ਚੜ੍ਹਾਈ ਹੋਊਗੀ ਉੱਪਰ, ਉਹ ਜਾਊਗੀ ਡੰਕਰ ਲੇਕ ਨੂੰ। ਆਪਾਂ ਇੱਥੋਂ ਕੋਲ ਦੀ ਲੰਘ ਜਾਂਦੇ ਹਾਂ ਅਤੇ ਉਹਨੂੰ ਛੱਡ ਜਾਂਦੇ ਹਾਂ, ਅਤੇ ਇੱਥੋਂ 2 ਕਿਲੋਮੀਟਰ ਪਿੱਛੇ ਇੱਕ ਸੀਗੀ ਮਾਨੇ ਲੇਕ, ਮਾਨੇ ਪਿੰਡ ਹੈ, ਉੱਪਰੋਂ ਉੱਧਰ ਲੇਕ ਹੈ, ਅਤੇ ਆਹ ਪਹਾੜ ਦੀ ਬੈਕ ਸਾਈਡ 'ਤੇ ਉਹ ਵੀ ਹਾਈਟ 'ਤੇ ਹੈ। ਤਾਂ ਆਪਾਂ ਦੋਨੇ ਲੇਕ ਦੇ ਵਿੱਚੋਂ, ਦੋਨੇ ਝੀਲਾਂ ਦੇ ਵਿੱਚੋਂ ਆਪਾਂ ਡੰਕਰ ਨੂੰ ਚੁੱਟਣੇ ਹੈਗਾ। ਆਹ ਮਾਹੌਲ ਹੈ ਇੱਥੋਂ ਦਾ। ਸਿਚਲਿੰਗ ਤੋਂ ਬਾਅਦ ਇਹ ਰਸਤਾ ਜਾਂਦਾ ਹੈਗਾ ਡੰਕਰ, 8 ਕਿਲੋਮੀਟਰ ਹੈ, ਇਹ ਗੇਟ ਬਣਿਆ ਹੋਇਆ ਹੈਗਾ, ਅਤੇ ਆਪਾਂ ਇੱਥੋਂ ਘਰ ਤੋਂ ਪਾਣੀ ਲੈ ਲਈਏ, ਆਪਾਂ ਪਿੱਛੋਂ ਪਾਣੀ ਲੈਣਾ ਭੁੱਲ ਗਏ ਭਰਨਾ। ਡੰਕਰ ਲੇਕ ਤੋਂ ਤਾਂ ਨੂੰ ਚੜ੍ਹਦਿਆਂ ਨੂੰ ਥੱਲੇ ਸਪੀਤੀ ਦਿਖਦੀ ਹੈਗੀ, ਸਪੀਤੀ ਨਦੀ ਦਿਖਦੀ ਹੈ ਜੀ ਐਂ, ਉਹ ਅੱਠ ਕਿਲੋਮੀਟਰ ਹੈ ਡੰਕਰ ਲੇਕ, 2 ਕਿਲੋਮੀਟਰ ਉੱਪਰ ਆ ਚੁੱਕੇ ਹਾਂ, ਅਤੇ ਹਜੇ ਤੱਕ ਆਪਾਂ ਨੂੰ ਉੱਪਰ ਆਉਣ ਵਾਲੀ ਇੱਕ ਵੀ ਗੱਡੀ ਨਹੀਂ ਮਿਲੀ ਕੋਈ, ਜਿਹੜੀ ਇੱਧਰ ਲੇਕ ਨੂੰ ਆ ਰਹੀ ਹੋਵੇ ਜਾਂ ਉੱਪਰੋਂ ਕੋਈ ਨੀਚੇ ਆ ਰਹੀ ਹੋਵੇ, ਇਕੱਲੀ ਉੱਪਰ ਜਾ ਰਹੇ ਹਾਂ। ਆਪਣਾ ਕੀ ਹੁੰਦਾ ਗਾ, ਆਹ ਨਜ਼ਾਰਾ ਹੈਗਾ ਉੱਪਰ ਤੋਂ, ਆਪਣਾ ਹੁੰਦਾ ਗਾ ਵੀ ਸਿੱਧਾ ਕਾਜਾ ਆਏ ਹਾਂ, ਅਤੇ ਸਿੱਧਾ ਕਾਜਾ ਹੀ ਪਹੁੰਚਦੇ ਹਾਂ, ਅਤੇ ਉੱਥੇ 0 ਕਿਲੋਮੀਟਰ ਵਾਲੇ ਮੀਲ ਪੱਥਰ ਨਾਲ ਫੋਟੋ ਖਿਚਾ ਕੇ ਵਾਪਸ ਮੁੜ ਆਉਂਦੇ ਆਪਾਂ। ਪਰ ਜਿਹੜੀ ਮੰਜ਼ਿਲ ਹੁੰਦੀ ਹੈ ਮੇਨ ਡੈਸਟੀਨੇਸ਼ਨ ਨੂੰ ਸੋਹਣਾ ਬਣਾਉਂਦੀਆਂ ਹੁੰਦੀਆਂ ਨੇ, ਉਹਦਾ ਰਸਤਾ, ਉਹਦੇ 'ਚ ਰਸਤੇ 'ਚ ਆਉਣ ਵਾਲੀਆਂ ਥਾਵਾਂ।
इत्थे मैं खड़ा गया इह जी जगह हैगी कल्ली पीस वाली इह जी करदा वी इत्थे बैठ के नूं देखी जाइए। इस उचाई ते बैठ के गचक ते मूंगफली खांदा ठंडे स्वाद आ रहा जिहड़ा ओह मैं फील कर सकदा। आपां पहुंच गए जी डंकर, वह उपर मोनेस्टरी है ते इस तरीके नाल पहाड़ां दे पत्थरां दे विच बनाए हुए घर ने। कदों कदे बने ने, किवें बनाए ने, जाके पुछदे आ। ते लेक दा रस्ता इधरों उपरों जांदा गा, वह पहाड़ की बैक साइड ते है, घंटे दा रस्ता है गा। इधर करेक्ट चली जाती है, बिल्ले नूं तो काबल नूं निमंत्रण है। वो पुरानी मोनेस्टरी हैगी, उहदे कोले भी हैगा रेस्टोरेंट। आपां नूं थल्ले उतरना पैणा सीगा ते नाले पहला मोनेस्टरी देखते हैं, खाने पीने हैं कुछ, तो वह घर देखते हैं। ये उपर होम स्टे है किसी की, वह रेस्टोरेंट है। आओ पिछले पास वह भी रेस्टोरेंट ने, ते इको पुरानी मोनेस्टरी कोले नवी मोनेस्टरी कोले पिछे। बारों बारों वीडियो बना सकते हैं, अंदर अलाउड नहीं होता। बुद्ध धर्म दे विच इहदी कीती जांदी है सवारी, ते अंदर भरया जांदा गा। फूसा भरया हुआ ना, हुण इस टाइम अभी फूसा भरा हुआ है ना। और ये मानते हैं एक देवता की सवारी है इन्हां दे दी, ते नवंबर ते दसंबर दे विच इहदी पूजा करदे ने। अंदरों कितों भी वीडियो अलाउड नहीं है अंदर बनाउण दी, ते बाहरों बाहरों उत्ते ए हैगा माहौल। मैं पंजाब तो हाँ जी, बठिंडा। मोनेस्टरी दे बैक साइड तो है रास्ता उपर जाण दा, ते उपरों दिखाउणे तुहानूं नज़ारा। ये तो आ गया डंकर सिटी पिंड। ये आ रही है स्पीति।
ਆਪਾਂ ਟਰੈਕਿੰਗ ਸ਼ੁਰੂ ਕਰਤੀ ਹੈ ਸਾਈਕਲ ਰੈਸਟੋਰੈਂਟ ਕੋਲੇ ਲਾ ਕੇ ਡੰਕਰ ਲੇਕ ਦੀ ਅਤੇ ਆਹ ਪਹਾੜ ਦੀ ਬੈਕ ਸਾਈਡ 'ਤੇ ਹੈ ਘੰਟੇ ਕੁ ਦਾ ਰਸਤਾ ਹੈ ਅਤੇ ਚਾਰ ਬੰਦੇ ਨੇ ਜਿਹੜੇ ਲੇਕ ਦੇਖ ਕੇ ਗਏ ਨੇ ਬਾਕੀ ਹਜੇ ਤੱਕ ਹੋਰ ਕੋਈ ਆਪਾਂ ਨੂੰ ਮਿਲਿਆ ਨਹੀਂ ਹੈਗਾ ਉਹ ਦੋ ਮੁੰਬਈ ਵਾਲੇ ਸੀਗੇ ਉਹ ਨੀਚਿਓਂ ਵਾਪਸ ਹੋ ਗਏ ਅਤੇ ਚੜ੍ਹਾਈ 1.25 ਲੱਖ ਹੀ ਕਰ ਰਹੇ ਹਾਂ ਹੁਣ ਆਪਾਂ ਇੱਥੇ ਵੀ ਆਪਣਾ ਟਰੈਕ ਵੀ ਸੋਲੋ ਹੀ ਹੈ ਮੈਨੂੰ ਲੱਗਦਾ ਸੀਗਾ ਉੱਪਰ ਜਾਣ ਵਾਲੇ ਕਾਫੀ ਬੰਦੇ ਮਿਲਣਗੇ ਟਰੈਕ ਵਾਸਤੇ ਆਹ ਜਗ੍ਹਾ ਦੇ ਵਿੱਚ ਦੋ ਰਸਤੇ ਬਣ ਜਾਂਦੇ ਨੇ ਥੋੜ੍ਹਾ ਜਿਹਾ ਭੁਲੇਖਾ ਪੈਂਦਾ ਪਰ ਉੱਪਰ ਬੋਰਡ ਲੱਗਿਆ ਹੋਇਆ ਲੇਕ ਦਾ ਤਾਂ ਵਾਲੇ ਪਾਸੋਂ ਲੇਕ 'ਤੇ ਚੜ੍ਹਨਾ ਉਹ ਪਰਲੇ ਪਾਸੇ ਵਾਲਾ ਜੰਗਲ 'ਚ ਉੱਤਰ ਜਾਂਦਾ ਹੈਗਾ ਟਰੈਕ ਇਹੋ ਜਿਹਾ ਚੜ੍ਹਦੇ ਚੜ੍ਹਦੇ ਆਪਾਂ ਇੱਧਰ ਨੂੰ ਆ ਗਏ ਲੋਕੇਸ਼ਨ ਦੇ ਅਤੇ ਆਪਾਂ ਹੁਣ ਚੜ੍ਹਨਾ ਤਾਂ ਨੂੰ ਖੱਬੇ ਹੱਥ ਨੂੰ ਆਹ ਜਿਹੜਾ ਆਹ ਪਹਾੜ ਦਿਸਦਾ ਹੈਗਾ ਇਹਦੀ ਬੈਕ ਸਾਈਡ 'ਤੇ ਜਾਣਾ ਹੈਗਾ ਸਿੱਧੀ ਸਾਹਮਣੇ ਇੱਧਰ ਖੱਡ ਹੈਗੀ ਸਾਹਮਣੇ ਤਾਂ ਖਾਈ ਜੀ ਆ ਗਈ ਇਹਦੇ ਨਾਲ ਨਾਲ ਹੀ ਖੱਬੇ ਹੱਥ ਮੁੜ ਜਾਵਾਂਗੇ ਆਪਾਂ ਉੱਥੋਂ ਖੱਬੇ ਮੁੜ ਕੇ ਆਪਾਂ ਜਿਹੜਾ ਦਿਸਦਾ ਸੀ ਪਹਾੜ ਉਹਦੇ ਬੈਕ ਸਾਈਡ 'ਤੇ ਆ ਗਏ ਪਿਛਲੇ ਪਾਸੇ ਆਹ ਪਹਾੜ ਸੀਗਾ ਉਹ ਅਤੇ ਸਾਹਮਣੇ ਇੱਕ ਹੋਰ ਪਹਾੜ ਆ ਗਿਆ ਅਤੇ ਉਹਦੇ ਨਾਲ ਉਹ ਬਰਫ਼ ਵਾਲੇ ਅਤੇ ਇੱਧਰ ਮੇਰੇ ਖਿਆਲ ਨਾਲ ਹੱਦ ਹੀ ਹੈਗੀ ਊਂ ਵੀ ਹੱਦ ਹੀ ਹੈ ਹਰ ਥਾਂ 'ਤੇ ਮੇਰੇ ਬੋਲਣ ਦੀ ਲੋੜ ਨਹੀਂ ਹੈਗੀ ਇਹ ਆ ਜਾਂਦੀ ਜੀ ਝੀਲ ਹਿਮਾਲਿਆ ਦੇ ਵਿੱਚ ਇਕੱਲੇ ਘੁੰਮ ਕੇ ਇਕੱਲਾ ਜਿਹਾ ਫੀਲ ਨਹੀਂ ਹੁੰਦਾ ਐਂ ਲੱਗਦਾ ਵੀ ਕੁਦਰਤ ਰੱਬ ਨਾਲ ਹੀ ਨਾਲ ਹੈ ਇੱਥੇ ਹੈ ਇਹ ਝੀਲ ਦੇ ਨਾਲ ਬਰਫ਼
सही 6 बज गए ते काजा दा टेंपरेचर हैगा 1 डिग्री। मेरे ख्याल नाल आपां काजा कि नहीं खिंच दिंदे आ राजखड़ नालों ते उत्थों एक दिन च कढ लांगे इत्थे ते हो सकदा हैगा अगर कुंजम दे नाल ही जिहड़ा नैशनल पार्क है वह भी खुल जाए। आपां पहुँच गए अतरगू ब्रिज ते जिहड़ा दूजे पासे रस्ता सीगा टंकर तो उधरों आपां नूं 7-8 किलोमीटर पै गया शॉर्ट नेड़े पै गया कम ते हथ बड़े ठरी जांदे ने जिवें सोनी हो गया कम टैंपरेचर वग गया माइनस दे विच आ गया चाचू वाला ना चाचू पी के फिर देखदे आ पूह दे बाहर जिथे आपां ढाबे कोले रुके सीगे पूह दे बाहर ढाबे कोले रुके सीगे उत्थे भी बाई ने आपां नूं अंदर पा लिया सीगा भी आ जा अंदर पै जा ते इत्थे हुण आपां अतरगू ब्रिज ते रुके हैं इत्थे भी भाई साहब ने ये कहिंदे भाई अंदर ही प्रशादा छकियो ते अंदर पै जाओ बाहर पैण दी टेंट लाउण दी जरूरत नहीं हैगी। भाई जी ने घरे बिठा के खाना भी खवाया टेंट दे अंदर लगवाई लवाया गा ये खाना बन रहा है ये चूल्हा थोड़ा मैं दिखाया सीगा ये उपर जाता है चिमनी इन तंदूर बोलते हैं वैसे है। तो धुआं तो बिल्कुल ही नहीं बाहर निकलता कोला कोला भी डालते हो इसमें या लकड़ी लकड़ी डालते लकड़ी डालते हो धुआं बिल्कुल बाहर नहीं आ रहा इसी पूरे बाहर जा रहे ना। आ करेले करूले बनाए ने वधिया रोटियां के भाई साहब ने माता जी रसोई है क्या बैठने वाला मेहनत है चलो फिर कर दें शुरू ना। तो इन्ना यकीन कर दिया भाई आ लवा दा टेंट ते आया बंदे दा अंदर ढाबा सारा समान पिया ते आपां नूं पा के अंदर आप पए ने घरे कहिंदे सरदार जी तुसीं पओ इत्थे ते जी अतरगू ब्रिज ते इत्थे आपां रात कट्टी सी डोलमा ढाबा आ चिड़ियां अपने वालियां ने मेरे ख्याल नाल सारियां ਪੰਜਾਬ ਵਾਲੀਆਂ ਤੇ ਆਪਣੇ ਹੁਣ ਇਹ ਦਿਖਦੀਆਂ ਨਹੀਂ ਹੈਗੀਆਂ ਹੁਣ ਰੱਬ ਹੀ ਜਾਣਦਾ ਆਪਾਂ ਕਿਹੜਾ ਰੇਹ ਸਪਰੇਅ ਵਰਤੀਏ ਕੈਮੀਕਲ ਵਰਤਿਆ ਹੈਗਾ ਵੀ ਜਿਹਦੇ ਕਰਕੇ ਇਹ ਉਧਰੋਂ ਖਤਮ ਹੋਊਗਾ ਉਧਰ ਕੇਰਲਾ ਤਾਮਿਲਨਾਡੂ 'ਚ ਵੀ ਵਾਧੂ ਸੀਗਾ ਅਤੇ ਇੱਧਰ ਵੀ ਆਹ ਭਰਿਆ ਪਿਆ ਦਰਖਤ ये जिहड़े ढाबे ते रुके सीगे आपां अतरगू ब्रिज दे कोले ये पिंड दा नां हैगा लिंगती ते बाई दा नां हैगा कुंगा और ये बाई कराउंदे ने चंदर लेक है जिहड़ा उत्थे कैंपिंग उत्थे इहनां दे आप दे टेंट ने जे तुसीं आप दा टेंट लैके जाने हो आप दा सारा तुहाडा समान है स्लीपिंग बैग वगैरह तां उत्थे 300 रुपया लैंदे ने ते नहीं फिर पूरी कैंपिंग हुंदी है कि बंदे दे पर हैड ब्रेकफास्ट डिनर सारा कुछ इनकलूड करके 1300-1400 रुपया लेंदे ने जिवें अपना ऋषिकेश वगैरह का कसौल वाला रेट हैगा ते नंबर मैं कैप्शन दे विच पा दिंदा गा ये हैगा ते ट्रैकिंग शुरू होनी है 1 मई तो कुंजम पास तो शुरू होंदी हैगी चंद्रताल लेक तक उदू बाद तुसी करना चाहुंदे हो सूरजताल तक हो जाती है लंबी भी हो जाती है पर वो एक दिन दी है